ਇਹ ਘਰ ਇੰਨਾ ਵੱਡਾ ਵਿਹੜਾ ਵੇ, ਦਰਵਾਜ਼ਾ ਹੋ ਗਿਆ ਸੀ ਉਹਨਾਂ ਨੇ ਬਣਾਇਆ ਹੋਇਆ ਵੇ। ਇੱਕ ਇਹ ਕਮਰਾ ਹੈ, ਇੱਕ ਇਹ ਕਮਰਾ, ਇੱਕ ਉਹ ਬੜਾ ਬੈਠਾ ਕਿ ਉਹਦਾ ਦਰਵਾਜ਼ਾ ਬਾਹਰੋਂ ਵੀ ਹੈਗਾ, ਇਹ ਕਿਚਨ ਹੈਗਾ। ਸਹੀ, ਇਹ ਬਾਹਰ ਵਾਸ਼ਰੂਮ ਹੈਗਾ, ਇਹ ਘਰ ਹੈਗਾ ਜੀ, ਇਹ ਉੱਤੇ ਸੀੜੀ ਜਾ ਰਹੀ ਜੀ। ਇਹ ਘਰ ਹੈਗਾ ਜੀ ਭਾਈ, 3.5 ਮਰਲੇ ਦਾ। ਮੈਨੂੰ ਤਾਂ ਬੜਾ ਪਸੰਦ ਆਇਆ ਕਿ ਕਾਨੂੰਨੀ ਦੇ ਵਿੱਚ ਹੈਗਾ, ਜਿਹੜੀ ਆਰਾ ਫੜਦੇ ਸਰ ਪੰਪ ਤੋਂ ਪਹਿਲਾਂ ਗੇਟ ਹੈਗਾ ਨਾ, ਉਹ ਉਹਦੇ 'ਚ ਘਰ ਹੈਗਾ ਜੀ, ਹੈ 3.5 ਮਰਲੇ ਦਾ। ਇਹ ਵੇਖੋ, ਇਹ ਝੂਲੇ ਛੂਲੇ ਪਾਰਕ ਪੂਰਕ ਨਾਲ ਹੀ ਬਣਾ ਹੋਇਆ, ਅਤੇ ਕੋਈ ਚੱਕਰ ਨਹੀਂ ਹੈਗਾ। ਬਸ ਵੇਖ ਲਓ, ਅਸਲਾਮ ਅਲੈਕੁਮ ਜੀ, ਕਿਆ ਹਾਲ ਚਾਲ ਹੈ? ਉਮੀਦ ਕਰਦਾ ਹਾਂ ਸਭ ਖੈਰ ਖਰੀਅਤ ਸੇ ਹੋਂਗੇ। ਅਲਹਮਦੁਲਿਲਾ, ਮੈਂ ਵੀ ਠੀਕ ਹੂੰ, ਬਸ ਕੁਛ ਕੁਛ ਠੀਕ ਹੋ, ਕੁਛ ਕੁਛ ਨਹੀਂ ਵੀ ਠੀਕ ਹੋ। ਡੋਰੀ ਵੀ ਥੇ, ਸੁਬਹ ਸੁਬਹ ਗਏ ਥੇ ਮਕਾਨ ਦੇਖਣੇ ਕੇ ਲੀਏ, ਬੱਚੋਂ ਕੋ ਵਹਾਂ ਪੇ ਛੋੜਾ ਥਾ। ਜੈਸੇ ਵਾਪਸ ਆਇਆ ਹੋ ਨਾ, ਤੋ ਮੁਝੇ ਕੋਈ ਸਮਝ ਨਹੀਂ ਲੱਗੀ ਕਿਆ ਹੋਆ ਹੈ ਕਿਆ ਨਹੀਂ ਹੋਆ। ਇਤਨਾ ਬੁਖਾਰ ਚੜਿਆ ਹੋ ਗਿਆ ਔਰ ਜਿਸਮ ਦਰਦ, ਸਿਰ ਦਰਦ, ਇਤਨੀ ਮੁਸ਼ਕਿਲ ਸੇ ਘਰ ਆ ਕੇ ਲੇਟ ਗਿਆ ਥਾ। ਤੋ ਅਭੀ ਸ਼ਾਮ ਕੇ 7 ਵਜੇ ਤੋ ਅਭੀ ਉਠਾ, ਮੈਡੀਸਨ ਵਗੈਰਾ ਲੈ ਕੇ ਆਇਆ ਹਾਂ ਅਭੀ, ਤੋ ਅਭੀ ਕੁਛ ਬਿਹਤਰ ਹੈ, ਦਵਾਈ ਵਗੈਰਾ ਲਈ ਹੈ ਮੈਨੇ, ਤੋ ਬਾਕੀ ਅਭੀ ਖਾਣਾ ਵਗੈਰਾ ਖਾਣਾ, ਤੋ ਦੇਖਤੇ ਹੈਂ ਅੱਲਾਹ ਪਾਕ ਬਿਹਤਰ ਕਰੇਗਾ। ਮਕਾਨ ਤੋਂ ਦੇਖ ਕੇ ਆਏ ਹਾਂ, ਪਸੰਦ ਵੀ ਆ ਗਿਆ, ਤੋ ਬਿਆਨਾ ਵਗੈਰਾ ਵੀ ਉਹਨੇ ਦੇ ਆਏ ਹੈ, ਲੇਕਿਨ ਉਹ ਖਾਲੀ ਹੋਣਾ 30 ਤਰੀਕ ਉਹਦਾ, ਪਹਿਲੀ ਕੋਈ ਜਾਂ 2 ਕੁ ਹਮ ਲੋਕ ਉਹਦੇ ਸ਼ਿਫਟ ਹੋਣਗੇ, ਤੋ ਉਸਕੇ ਬਾਅਦ ਦੇਖਾਂਗੇ ਅੱਲਾਹ ਪਾਕ ਬਿਹਤਰ ਕਰੇਗਾ ਕਿਆ ਬਣਦਾ। ਸਕੀਮ ਮੈਂ ਲਈ ਆ ਘਰ, ਕਿਉਂਕਿ ਬਾਹਰ ਵਾਲਾ ਜੋ ਮਾਹੌਲ ਥਾ ਵਹਾਂ ਪੇ ਮਿਲ ਨਹੀਂ ਰਹਾ, ਤੋ ਯਹਾਂ ਪੇ ਸਕੀਮਾਂ ਹੀ ਲੈ ਲਈ ਹੈ। ਅਭੀ ਫਿਲਹਾਲ ਪੱਕਾ ਕਰਕੇ ਆਏ, ਬਾਕੀ ਜੋ ਪੈਸੇ ਵਗੈਰਾ ਹੈ, ਐਡਵਾਂਸ ਵਗੈਰਾ, ਕਿਰਾਇਆ ਵਗੈਰਾ, ਉਹ ਉਹਨੇ ਕੱਲ੍ਹ ਜਾਂ ਪਰਸ ਤੱਕ ਪੂਰਾ ਦੇ ਦੇਂਗੇ। ਤੋ ਸ਼ਿਫਟ ਜੋ ਹੈ 2 ਤਰੀਕ ਕੋ ਜਾਂ 3 ਕੋ ਹਮ ਲੋਕ ਨਾ ਸ਼ਹਿਰ ਚਲੇ ਜਾਏਂਗੇ, ਫਿਰ ਵਹਾਂ ਪੇ ਇਹਨੇ ਛੋੜ ਕੇ, ਫਿਰ ਉਸਕੇ ਬਾਅਦ ਮੈਂ ਇਨਸ਼ਾ ਅੱਲਾਹ ਲਾਹੌਰ ਨਿਕਲ ਜਾਊਂਗਾ, ਫਿਰ ਵਹਾਂ ਪੇ ਜਾ ਕੇ ਕੰਮ ਕਰੂੰਗਾ ਇਨਸ਼ਾ ਅੱਲਾਹ, ਅੱਲਾਹ ਬਹੁਤ ਬਿਹਤਰ ਕਰੇਗਾ। ਸਾਹਿਬਾਂ ਨੇ ਚਾਵਲ ਬਣਾਏ ਹੋਏ ਹੈ, ਵਰਦਮ ਪੇ ਲਗਾ ਦਈਏ, ਔਰ ਸਾਥ ਮੇਂ ਵੀ ਚਟਨੀ ਬਣਾਉਣੇ ਲੱਗੀ, ਤਈ ਲੈ ਕੇ ਆਏ ਜੇ ਬੰਦ ਗੋਭੀ ਪੜੀ ਹੋਈ, ਮੈਨੇ ਕਿਹਾ ਜੀ ਥੋੜ੍ਹੀ ਸੀ ਰੱਖ ਲੈਣਾ, ਮੈਨੇ ਨਾ ਜਬ ਚਾਵਲ ਖਾਊਂਗਾ ਨਾ ਤਾਂ ਝੂਨ ਕੇ ਉੱਪਰ ਡਾਲ ਕੇ ਖਾਊਂਗਾ, ਬਹੁਤ ਮਜ਼ੇ ਕੀ ਲੱਗਦੀ ਹੈ। ਵੀ ਦਮ ਲਗਾ ਹੋਇਆ ਥੋੜ੍ਹੀ ਦੇਰ ਤੱਕ, ਇੱਕ ਦਮ ਖੋਲ੍ਹੇਗਾ ਤਾਂ ਫਿਰ ਖਾਤੇ ਹੈ ਇਨਸ਼ਾਅੱਲਾ ਚਾਵਲ। ਖਾਂਸੀ ਪਹਿਲੇ ਆਇਆ, ਡਾਕਟਰ ਨੇ ਮਨਾ ਕੀਆ ਕਿ ਚਾਵਲ ਨਹੀਂ ਖਾਣੇ, ਬਾਕੀ ਤਲੀ ਚੀਜ਼ ਵਗੈਰਾ ਨਹੀਂ ਖਾਣੀ, ਲੇਕਿਨ ਮੈਨੇ ਕਿਹਾ ਕਿ ਬਈ ਅੱਜ ਤੋਂ ਘਰ ਮੈਂ ਚਾਵਲ ਹੀ ਬਣੇ ਹੋਏ, ਉਸਨੇ ਕਿਹਾ ਚਲੋ ਫਿਰ ਠੀਕ ਹੈ ਅੱਜ ਖਾ ਲਓ ਔਰ ਫਿਰ ਨਹੀਂ ਖਾਣਾ। ਇਹ ਬੇਗਾ ਮੈਂ ਰਾਇਤਾ ਵਗੈਰਾ ਬਣਾ ਕੇ ਮੁਝੇ ਦੇ ਦੀ ਹੈ, ਇਸਮੇ ਜੋ ਪਿਆਜ਼ ਡਾਲੇ ਹੋਏ ਨਾ, ਜੇ ਮੈਂ ਡਾਰੀ 'ਚ ਲੈ ਕੇ ਆਇਆ ਤਾਂ ਖੁਦ ਕੇ ਵਹਾਂ ਪੇ ਨਾ ਉਹ ਕਦਮ ਲੋ ਕੇ ਉਣ ਕੇ ਤੇ ਦੋ ਵਹਾਂ ਸੇ ਲੈ ਕੇ ਆਇਆ ਤਾਂ ਮੈਂ ਅੱਜ
ताज़े प्याज, ताज़े खीरे, ताज़े लाल टमाटर, हर चीज़ यहाँ पे ताज़ी मिलती है। रायता बन गया, बेगम जो है ना किसी के घर देने गई है चावल, वो दे के आती है, फिर हम लोग खाना शुरू करेंगे।